ਸਤਿ ਸ੍ਰੀ ਅਕਾਲ ਜੀ। ਭਾਈ ਅੰਮ੍ਰਿਤਪਾਲ ਸਿੰਘ ਦੇ ਜੱਥੇ ਤੇ ਹੋਈ ਕਾਰਵਾਈ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਕੁਝ ਅਜਿਹੇ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਭੱਜਣ ਵਿੱਚ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਤੇ ਉਹਨਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਦੇ ਵਕੀਲ ਨੇ ਜੋ ਜਾਣਕਾਰੀ ਦਿੱਤੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਤਾਂ FIR 48 ਦੇ ਵਿੱਚ ਜਿਹੜੇ ਦੋਸ਼ੀ ਸੀਗੇ 6 ਉਹ ਪੇਸ਼ ਕੀਤੇ ਗਏ ਆ ਅਤੇ ਇਹਦੇ ਵਿੱਚ ਗੁਰਦੀਪ ਸਿੰਘ ਦੀਪਾ ਆ ਜਿਹੜਾ 47 ਨੰਬਰ ਦੇ ਵਿੱਚ ਉਹਨਾਂ ਨੇ ਰਿਮਾਂਡ ਮੰਗਿਆ ਸੀ ਉਹਦਾ, ਬਾਕੀਆਂ ਦਾ 48 ਦੇ ਵਿੱਚ। ਗੁਰਭੇਜ ਸਿੰਘ ਭੇਜੇ ਦਾ 47 'ਚ ਮੰਗਿਆ ਗਿਆ ਸੀਗਾ ਅਤੇ ਬਾਕੀ ਜਿਹੜੇ ਦੋਸ਼ੀ ਸੀਗੇ ਉਹਨਾਂ ਦਾ FIR ਨੰਬਰ 48 'ਚ ਰਿਮਾਂਡ ਮੰਗਿਆ ਗਿਆ ਸੀਗਾ। ਅਸੀਂ ਅੱਜ ਅਪੀਅਰ ਹੋਏ ਹਾਂ ਗੁਰਦੀਪ ਸਿੰਘ ਦੀਪੇ ਵੱਲੋਂ ਅਤੇ ਮਨਪ੍ਰੀਤ ਵੱਲੋਂ। ਉਹਦੇ ਵਿੱਚ ਨੰਬਰ 48 ਦੇ ਵਿੱਚ ਨੇ ਜਿਹੜਾ ਨੂੰ ਐਲੀਗੇਸ਼ਨਸ ਲਾ ਰਿਹਾ ਕਿ ਇਹਨਾਂ ਨੇ ਅੰਮ੍ਰਿਤਪਾਲ ਨੂੰ ਅਸਿਸਟ ਕੀਤਾ ਭੱਜਣ ਵਾਸਤੇ। ਓਕੇ, ਹਾਂਜੀ। ਉਹਦੇ ਵਿੱਚ ਅਦਾਲਤ ਨੇ ਸਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਸੁਣਿਆ। ਉਹਦੇ ਵਿੱਚ ਅਸੀਂ ਮੈਡੀਕਲ ਵੀ ਪਲੇਸ ਔਨ ਰਿਕਾਰਡ ਕੀਤਾ ਮਨਪ੍ਰੀਤ ਮੰਨੇ ਦਾ ਅਤੇ ਗੁਰਦੀਪ ਸਿੰਘ ਦੀਪੇ ਦਾ। ਮੰਨੇ ਦੀ ਜਿਹੜੀ ਰੀੜ ਦੀ ਹੱਡੀ ਉਹ ਟੁੱਟ ਚੁੱਕੀ ਆ ਅਤੇ ਉਹ ਬੰਦਾ ਅਕੋਰਡਿੰਗ ਟੂ ਮੈਡੀਕਲ ਸਰਟੀਫਿਕੇਟ ਵਟ ਵੀ ਹੈ ਪਲੇਸਡ ਔਨ ਰਿਕਾਰਡ, ਉਹ ਬੰਦਾ ਈਜ਼ੀਲੀ ਸਾਹ ਵੀ ਨਹੀਂ ਲੈ ਸਕਦਾ, ਵੀਲਚੇਅਰ ਦੇ ਉੱਤੇ ਆ। ਅਤੇ ਕੋਰਟ ਨੇ ਸਾਨੂੰ ਇਸ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਿਆ ਕਿ ਜਿਹੜੇ ਬੰਦੇ ਨੂੰ ਪ੍ਰੋਪਰ ਸਾਹ ਨਹੀਂ ਲੈ ਸਕਦਾ ਨੈਚੁਰਲੀ ਅਤੇ ਉਹ ਅਸਿਸਟ ਕਿਵੇਂ ਕਰ ਸਕਦਾ ਕਿਸੇ ਨੂੰ। 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਦੀਪੇ ਨੂੰ, 47 ਗੁਰਭੇਜ ਸਿੰਘ ਭੇਜੇ ਨੂੰ 47 ਦੇ ਵਿੱਚ 2 ਦਿਨ ਦਾ ਰਿਮਾਂਡ ਦਿੱਤਾ ਗਿਆ ਆ, ਬਾਕੀ ਦੋਸ਼ੀਆਂ ਨੂੰ 48 ਵਿੱਚ 1 ਦਿਨ ਦਾ ਰਿਮਾਂਡ ਦਿੱਤਾ।